ਕਿੰਨੀ ਦੇਰ ਹੋ ਗਈ ਤੁਹਾਡੇ ਆਪਰੇਸ਼ਨ ਨੂੰ? 4 ਸਾਲ ਹੋ ਗਏ। 4 ਸਾਲ ਹੋ ਗਏ? ਹਾਂਜੀ। ਅੱਛਾ, ਤੇ ਮੇਨ ਆਪਾਂ ਗੱਲ ਤੁਹਾਡੇ ਨਾਲ ਕਰਨੀ ਸੀ, ਵੇਟ ਤਾਂ ਕਿੰਨਾ 40 ਕਿਲੋ ਘਟਿਆ ਹੋਇਆ ਨਾ ਤੁਹਾਡਾ, ਅੱਜ ਕਿੰਨਾ ਹੈਗਾ ਵੇਟ? ਅੱਜ ਮੇਰਾ ਹੈਗਾ 72। ਆ ਪਹਿਲਾਂ 100 ਕਿੰਨਾ ਸੀਗਾ? 110 ਸੀ। ਆ ਤਕਰੀਬਨ 110। ਆ 40 ਕਿਲੋ ਤਕਰੀਬਨ ਡਾਊਨ ਆ ਹਨਾ? ਹਾਂਜੀ। ਸੋ 38 ਕਿਲੋ, ਤੇ ਤੁਹਾਡਾ ਕਿੰਨਾ ਡਾਊਨ ਹੈਗਾ ਜੀ? 50 ਕਿਲੋ ਜੀ। ਬਰਾਬਰ ਹੀ ਹੋਇਆ ਸੀ ਤੁਹਾਡਾ ਨਾ? ਹਾਂਜੀ। 50 ਕਿਲੋ ਤੁਹਾਡਾ ਡਾਊਨ ਆ। ਹਾਂਜੀ। ਹੁਣ ਜਿਹੜਾ 40 ਕਿਲੋ ਭਾਰ ਅਸੀਂ ਦੇਖਦੇ ਹਾਂ ਆਮ ਇਹਦੇ ਬੈਰੇਟਿਕ ਸਰਜਰੀ 'ਚ ਕੀ ਆ ਕਿ ਜਦੋਂ ਵੇਟ ਘੱਟਦਾ ਨਾ, ਉਹਦੇ ਨਾਲ ਤੁਹਾਡਾ ਖੂਨ ਵੀ ਘੱਟ ਸਕਦਾ, ਆਇਰਨ ਵੀ ਘੱਟ ਸਕਦਾ, ਕੈਲਸ਼ੀਅਮ, ਵਿਟਾਮਿਨ B12, ਆਹੀ ਚੀਜ਼ਾਂ ਦੀ ਆਪਾਂ ਨੂੰ ਮੇਨ ਪਹਿਲਾਂ ਚਿੰਤਾ ਹੁੰਦੀ ਹੈ ਨਾ ਬਈ ਕੋਈ ਡੈਫੀਸ਼ੀਐਂਸੀਜ਼ ਕਿੰਨੀਆਂ ਆਉਣਗੀਆਂ। ਅਤੇ ਜਿਵੇਂ ਹੁਣ ਅੱਜ ਆਪਾਂ ਤੁਹਾਡੀਆਂ ਰਿਪੋਰਟਸ ਦੇਖੀਆਂ ਨੇ, ਤੁਹਾਡਾ ਜਿਹੜਾ ਹੈਮੋਗਲੋਬਿਨ ਆ ਉਹ ਤਾਂ ਹੈਗਾ 12.2 ਆ, ਅਤੇ ਤੁਹਾਡਾ 14 ਦੇ ਨੇੜੇ ਆ ਨਾ? ਹਾਂਜੀ ਹਾਂਜੀ। ਅਤੇ ਜਿਹੜਾ ਆਇਰਨ ਆ ਤੁਹਾਡਾ ਉਹ ਵੀ 89 ਆ, ਅਤੇ ਵਿਟਾਮਿਨ ਡੀ ਵੀ 49 ਹੈਗਾ। ਹੁਣ ਜੇ ਅਸੀਂ ਆਮ ਦੇਖਦੇ ਹਾਂ ਕਿਸੇ ਦਾ ਵੀ ਤੁਸੀਂ ਘਰ ਦੇ ਵਿੱਚ ਕਰਾ ਕੇ ਦੇਖੋ ਜਿਹੜਾ ਵਿਟਾਮਿਨ ਡੀ ਚੈੱਕ ਕਰਾਉਣਾ, ਬੱਚਿਆਂ ਦਾ ਕਰਾ ਲਓ, ਆਮ ਜਨਰਲ ਪਾਪੂਲੇਸ਼ਨ 'ਚ ਆਪਾਂ ਗੱਲ ਕਰੀਏ, ਜੇ 100 ਜਣਿਆਂ ਦਾ ਵਿਟਾਮਿਨ ਡੀ ਕਰਾਵਾਂਗੇ ਤਾਂ 100 ਚੋਂ 99 ਦਾ ਵਿਟਾਮਿਨ ਡੀ ਜਿਹੜਾ ਹੈਗਾ ਉਹ ਕਾਫੀ ਘੱਟ ਆਉਂਦਾ। ਯਾਨੀ ਜਿਹੜਾ 40 ਤੋਂ ਉੱਪਰ ਚਾਹੀਦਾ ਉਹ ਸਮਝ ਲਓ 5-7 ਆਮ ਤੌਰ 'ਤੇ ਇੰਨਾ ਕੁ ਆਉਂਦਾ। ਹੁਣ ਜੇ ਤੁਹਾਡਾ 49 ਆਇਆ, ਈਵਨ ਓਪਰੇਸ਼ਨ ਤੋਂ ਪਹਿਲਾਂ ਵੀ ਤੁਹਾਡਾ ਵਿਟਾਮਿਨ ਡੀ ਘੱਟ ਸੀਗਾ, ਅਤੇ ਹੁਣ ਤੁਹਾਡਾ ਵਿਟਾਮਿਨ ਡੀ ਨੋਰਮਲ ਆ, ਇਹਦੇ 'ਚ ਹੁਣ ਤੁਸੀਂ ਇਹਦੇ ਬਾਰੇ ਦੱਸੋਗੇ ਇਹਨੂੰ ਕਿਵੇਂ ਤੁਸੀਂ ਹੈਂਡਲ ਕਿਵੇਂ ਕਰਦੇ ਹੋ, ਕੀ ਲੈਂਦੇ ਉਹਦੇ ਵਾਸਤੇ? ਵਿਟਾਮਿਨ ਡੀ ਲਈ ਆਪਣੀ ਸ਼ੋਟਸ ਵੀ ਲੈਣੀ ਹੈ, ਇਸ ਤਰ੍ਹਾਂ ਹਫਤੇ ਬਾਅਦ ਸ਼ੋਟ ਲੈਣੀ, ਜਿਹੜੇ ਉਹ ਲਿਕੁਇਡ ਆ ਪੀਣ ਵਾਲੇ? ਹਾਂਜੀ, ਲਿਕੁਇਡ ਪੀਣ ਵਾਲੇ। ਉਹ ਰੈਗੂਲਰ ਤੁਸੀਂ ਲੈਂਦੇ ਰਹਿੰਦੇ ਹੋ? ਹਾਂਜੀ, ਰੈਗੂਲਰ ਲੈਂਦੇ ਹਾਂ। ਅੱਛਾ, ਰੈਗੂਲਰ ਲੈਂਦੇ ਹਾਂ। ਓਕੇ, ਤੇ ਬਾਕੀ ਹੋਰ ਜਿਹੜੇ ਵਿਟਾਮਿਨ ਦੀਆਂ ਟੈਬਲੇਟਸ ਨੇ? ਵਿਟਾਮਿਨ ਦੇ ਟੈਬਲੇਟ ਲੈਣੀ ਹੈ, ਕੈਲਸ਼ੀਅਮ ਵਗੈਰਾ ਵੀ? ਹਾਂਜੀ, ਕੈਲਸ਼ੀਅਮ ਆਪਾਂ ਦੇਖ ਰਹੇ ਹਾਂ, ਕੈਲਸ਼ੀਅਮ ਵੀ ਤੁਹਾਡਾ ਨਾਰਮਲ ਹੈ? ਹਾਂਜੀ। ਤੇ ਵਿਟਾਮਿਨ B12 ਵੀ? ਹਾਂਜੀ। ਤੇ B12 ਦਾ ਤਾਂ ਇੰਜੈਕਸ਼ਨ ਮੇਰੇ ਖਿਆਲ ਤੁਹਾਡੇ ਲੱਗ ਜਾਂਦਾ ਹੈ? ਇੰਜੈਕਸ਼ਨ ਲੱਗਦਾ 6-6 ਮਹੀਨੇ ਬਾਅਦ। ਸੋ ਇਹ ਥੋੜਾ ਜਿਹਾ ਅੱਛਾ, ਤੁਹਾਡਾ ਆਇਰਨ ਬਿਲਕੁਲ ਠੀਕ ਰਹਿੰਦਾ, ਹੈਮੋਗਲੋਬਿਨ ਵੀ, ਤੁਹਾਡੇ ਇੰਜੈਕਸ਼ਨ ਵੀ ਤੁਸੀਂ, ਗੋਲੀਆਂ ਵੀ ਘੱਟ ਖਾਂਦੇ ਹੋ ਨਾ, ਤੁਸੀਂ ਵਿਟਾਮਿਨ ਡੀ ਦੇ ਸ਼ਾਰਟਸ ਵੀ ਨਹੀਂ? ਨਹੀਂ ਕੁਛ ਨਹੀਂ। ਸੋ ਇੱਥੇ ਮੈਂ ਦੱਸਣਾ ਚਾਹੁੰਦਾ ਸੀ ਕਿ ਇੱਕ ਤਾਂ ਪਰਮਾਤਮਾ ਨੇ ਆਦਮੀ ਨੂੰ ਤੇ ਔਰਤ ਨੂੰ ਅਲੱਗ ਬਣਾਇਆ। ਹਾਂਜੀ। ਲੇਡੀਜ਼ ਦਾ ਆਇਰਨ ਘੱਟਦਾ ਕਾਫੀ ਕਾਮਨ ਹੈ, ਜਿੰਨੇ ਯੰਗ ਲੇਡੀਜ਼ ਨੇ ਉਹਦਾ ਜ਼ਿਆਦਾ ਘਟੂਗਾ, ਪਰ ਇਹ ਤੋਂ ਡਰਨ ਦੀ ਲੋੜ ਨਹੀਂ ਹੈ, ਇਹਨੂੰ ਆਪਾਂ ਹੈਂਡਲ ਕਰਨਾ। ਹੁਣ ਜਿਵੇਂ ਜੇ ਆਪਾਂ ਤੁਹਾਡਾ ਰਿਜ਼ਲਟ ਦੇਖੀਏ, ਉਹ ਓਵਰਆਲ ਤਾਂ ਪੂਰਾ ਨਜ਼ਰ ਲੱਗਣ ਵਾਲੀ ਗੱਲ ਹੋਈ ਪਈ ਆ, ਕਿ ਨਹੀਂ ਪਰਫੈਕਟ ਵੇਟ ਲੋਸ ਤੁਹਾਡਾ ਦੋਨਾਂ ਦਾ ਬਰਾਬਰ, 50 ਕਿਲੋ 40 ਕਿਲੋ, ਨਾ ਜ਼ਿਆਦਾ ਨਾ ਘੱਟ, ਹੈ ਨਾ? ਪਰ ਫਿਰ ਵੀ ਇਹਨੂੰ ਐਵੇਂ ਨਾ ਆਪਾਂ ਸੋਚੋ ਟੇਕਨ ਫੋਰ ਗ੍ਰਾਂਟਿਡ ਨਹੀਂ ਲੈਣਾ ਹੈਗਾ, ਕਿਉਂਕਿ ਜਿਵੇਂ 4 ਸਾਲ ਹੋ ਗਏ, ਪਹਿਲਾਂ ਤਾਂ ਇੱਕਦਮ ਜ਼ਿਆਦਾ ਘੱਟ ਜਾਂਦਾ, ਫਿਰ ਸਾਰਿਆਂ ਨੇ ਕਹਿਣਾ ਜੀ ਕੀ ਹੋ ਗਿਆ, ਕਿੱਦਾਂ ਦਾ ਚਿਹਰਾ ਹੋ ਗਿਆ ਤੁਹਾਡਾ, ਹੁਣ ਚਿਹਰਾ ਥੋੜਾ ਜਿਹਾ ਖਿਲੇ ਆ, 4-4 ਕਿਲੋ ਵੇਟ ਵਧਿਆ, ਪਰ ਇਹ ਕਿਤੇ ਫਿਰ ਜ਼ਿਆਦਾ ਨਾ ਖਿਲ ਜਾਣ, ਧਿਆਨ ਰੱਖਣਾ। ਉਹਦੇ ਲਈ ਮੇਨ ਹੈਗਾ ਅੰਨ ਦਾ, ਅੰਨ ਮਿੱਠਾ, ਤੁਸੀਂ ਤਾਂ ਮਿੱਠਾ ਖਾ ਲੈਂਦੇ ਆ ਨਾ ਮੇਰੇ ਖਿਆਲ, ਪਰ ਮਿੱਠੇ ਤੋਂ ਡਰੋ, ਤੇ ਵਿੱਚ ਵਿੱਚ ਜਦੋਂ ਭੁੱਖ ਲੱਗਦੀ ਹੈ ਫਰੂਟਸ ਵਗੈਰਾ ਖਾ ਲਓ, ਠੀਕ ਆ? ਵਿਟਾਮਿਨ ਜਿਵੇਂ ਤੁਸੀਂ ਲੈ ਰਹੇ ਹੋ ਉਹ ਬੈਸਟ ਹੈ, ਤੁਹਾਨੂੰ ਸ਼ਾਰਟਸ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਤੁਹਾਡੀ ਓਵਰਆਲ ਡਾਇਟ ਠੀਕ ਆ। ਸੋ ਇੱਥੇ ਆਪਾਂ ਇਹ ਥੋੜ੍ਹਾ ਜਿਹਾ ਦੱਸਣਾ ਚਾਹੁੰਦੇ ਹਾਂ ਵੀ ਇਕੱਲਾ ਇਹ ਨਹੀਂ ਗਾ ਕਿ ਸਿਰਫ ਆਪਾਂ ਇਕੱਲੀਆਂ ਗੋਲੀਆਂ ਦੇ ਸਿਰ 'ਤੇ ਹੀ ਆ, ਡਾਇਟ ਦਾ ਵੀ ਰੋਲ ਹੈ, ਡਾਇਟ ਦਾ ਵੀ 90% ਰੋਲ ਡਾਇਟ ਦਾ, ਬਟ ਮੋਨੀਟਰਿੰਗ ਦਾ ਵੀ ਰੋਲ ਹੈ, ਜਿਵੇਂ ਤੁਸੀਂ ਆਪਣੇ ਰੈਗੂਲਰ ਟੈਸਟ ਵੀ ਕਰਾਉਂਦੇ ਆ, ਠੀਕ ਹੈ? ਤੇ ਬਾਕੀ ਤੁਰਨਾ ਫਿਰਨਾ ਪਹਿਲਾਂ ਨਾਲੋਂ ਤੁਹਾਡੇ ਜਿਹੜੇ એનર્ਜੀ ਲੈਵਲਸ ਆ ਉਹ ਕਿਵੇਂ ਆ? એનર્ਜੀ ਲੈਵਲ ਵਧੀਆ ਜੀ। ਕਿੰਨਾ ਤੁਰ ਫਿਰ ਸਕਦੇ ਆ ਜੇ 5-4 ਕਿਲੋਮੀਟਰ ਤੁਰੋਗੇ? ਹਾਂਜੀ ਹਾਂਜੀ, ਤੁਰ ਲਾਂਗੇ ਜੀ। ਹਾਂ ਅੱਛਾ, ਤੇ ਪਹਿਲਾਂ ਕਿਵੇਂ ਸੀਗਾ? ਪਹਿਲਾਂ ਨਹੀਂ ਸੀ ਤੁਰਿਆ ਜਾਂਦਾ ਇੰਨਾ। ਅੱਛਾ ਅੱਛਾ, ਤੇ ਤੁਹਾਡਾ ਵੀ ਸੇਮ ਆ, ਤੁਸੀਂ ਵੀ ਕਿੰਨਾ ਵੀ ਤੁਰ ਸਕਦੇ? ਤੁਰ ਸਕਦੇ ਬੜੇ ਆਰਾਮ ਨਾਲ ਜੀ, 5-4 ਕਿਲੋਮੀਟਰ ਆਰਾਮ ਨਾਲ। ਅੱਛਾ, ਕੋਈ ਥਕਾਵਟ ਨਹੀਂ ਹੁੰਦੀ, ਕੋਈ ਥਕਾਵਟ ਨਹੀਂ ਪ੍ਰੋਬਲਮ। ਸੋ ਆਈਡਲੀ ਆਪਾਂ ਇਹ ਰਿਜ਼ਲਟ ਚਾਹੁੰਦੇ ਹੁੰਦੇ ਆ ਵੀ ਸੈੱਟ ਹੋ ਜਾਏ ਕੰਮ, ਹੈ ਨਾ? ਪਰ ਇਹਨੂੰ ਮੇਨਟੇਨ ਕਰਕੇ ਰੱਖਣਾ ਆਪਣੀ ਡਿਊਟੀ ਹੈ, ਕਿਉਂਕਿ ਹੁਣ ਸਾਨੂੰ 15-16 ਸਾਲ ਆ ਹੀ ਕੰਮ 'ਚ ਹੋ ਗਏ, ਕਿਉਂਕਿ ਹੌਲੀ 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 ਜਿਹੜਾ ਓਪਰੇਸ਼ਨ ਆ ਦੀ ਪਾਵਰ ਘੱਟਦੀ ਚਲੀ ਜਾਂਦੀ ਹੈ, ਬੋਡੀ ਇਹਨੂੰ ਅਡੈਪਟ ਕਰਦੀ ਹੈ, ਬੋਡੀ ਵੀ ਸਮਝ ਲੈਂਦੀ ਹੈ ਨਾ। ਇਹਨੂੰ ਤੁਸੀਂ ਹੈਂਡਲਿੰਗ ਜਿਹੜੀ ਹੈ ਇਹਦੀ ਟੈਸਟ ਕਰਾਉਣੇ ਆ, ਬਾਕੀ ਜਿਵੇਂ ਤੁਸੀਂ ਹੈਂਡਲ ਕਰ ਰਹੇ ਹੋ ਉਹ ਬਹੁਤ ਵਧੀਆ ਹੈਗਾ।